ਪੰਜਾਬੀ ਗਾਇਕ ਸ਼ੁਭਦੀਪ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਅੱਜ ਮਾਨਸਾ ਦੀ ਮਾਣਯੋਗ ਅਦਾਲਤ ਦੇ ਵਿੱਚ ਪੇਸ਼ੀ ਹੋਈ। ਕੀ ਕੁਝ ਅਹਿਮ ਰਿਹਾ ਪੂਰੇ ਕੇਸ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਡੇ ਨਾਲ ਸਿੱਧੂ ਮੂਸੇਵਾਲਾ ਦੇ ਵਕੀਲ ਨੇ ਸਤਿੰਦਰਪਾਲ ਸਿੰਘ ਮਿੱਤਲ, ਗੱਲਬਾਤ ਕਰਾਂਗੇ। ਵਕੀਲ ਸਾਹਿਬ ਸਵਾਗਤ ਆ ਪਹਿਲਾਂ ਤਾਂ ਪੰਜਾਬ ਦਾ। ਸਤਿ ਸ਼੍ਰੀ ਅਕਾਲ ਜੀ। ਕੀ ਕੁਝ ਅੱਜ ਜਿਹੜਾ ਅਹਿਮ ਰਿਹਾ ਸਿੱਧੂ ਮੂਸੇਵਾਲਾ ਕੇਸ ਦੀ ਅੱਜ ਜਿਹੜੀ ਪੇਸ਼ੀ ਹੈਗੀ ਸੀ? ਅੱਜ ਇਸ ਕੇਸ ਜਿਹੜੀ ਕਾਫੀ ਲੰਬੇ ਸਮੇਂ ਤੋਂ ਗੱਲ ਚੱਲ ਰਹੀ ਸੀ ਕਿ ਵਿਟਨੈਸ ਨਹੀਂ ਆ ਰਹੇ ਨਹੀਂ ਆ ਰਹੇ, ਅੱਜ ਇਹਦੇ ਵਿੱਚ ਜਿਹੜੀ ਹੈਗੀ ਹੈ ਗਵਾਹੀ ਸ਼ੁਰੂ ਹੋ ਚੁੱਕੀ ਹੈ ਅਤੇ ਇੱਕ ਗਵਾਹ ਹੈਗਾ ਜਿਹੜਾ ਉਹਦਾ ਪਾਰਟਲੀ ਚੀਫ ਐਗਜ਼ਾਮੀਨੇਸ਼ਨ ਮਾਨਯੋਗ ਅਦਾਲਤ ਵਿੱਚ ਰਿਕਾਰਡ ਕੀਤਾ ਗਿਆ ਅਤੇ ਫਰਦਰ ਜਿਹੜੀ ਹੈਗੀ ਹੈ ਉਹ 'ਚ ਮਾਨਯੋਗ ਅਦਾਲਤ ਨੇ ਤਰੀਕ ਨਿਸ਼ਚਿਤ ਕੀਤੀ ਹੈ 30/8/2024। ਜਿਸ ਤਰ੍ਹਾਂ ਸਸਪੈਂਸ ਬਣਿਆ ਹੋਇਆ ਸੀ, ਸੋਸ਼ਲ ਮੀਡੀਆ 'ਤੇ ਬੜੀਆਂ ਅਫਵਾਹਾਂ ਉਠਾਈਆਂ ਜਾ ਰਹੀਆਂ ਸੀ ਕਿ ਦੋ ਗਵਾਹ ਜਿਹੜੇ ਪੇਸ਼ ਹੋਣੇ ਸੀ ਉਹ ਮੁੱਕਰ ਗਏ ਜਾਂ ਹੋਰ ਕੀ ਸੀ ਮਾਮਲਾ? ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਇਹਨਾਂ ਰੂਟੀਨ 'ਚ ਜੋ ਕੋਰਟ ਦਾ ਪ੍ਰੋਸੈਸ ਹੈਗਾ, ਜਿਵੇਂ ਜਿਵੇਂ ਗਵਾਹ ਨੂੰ ਸੰਮਨ ਗਏ ਹੈਗੇ, ਗਵਾਹ ਆਏ ਹੈ। ਹਾਂ, ਥੋੜ੍ਹੀ ਡਿਲੇ ਹੋ ਗਈ, ਉਹ ਚਲੋ ਕਈ ਵਾਰੀ ਮਜਬੂਰੀ ਸੀਗੀ, ਮੈਂ ਪਿੱਛੇ 'ਚ ਵੀ ਦੱਸਿਆ ਸੀਗਾ ਕਿ ਉਹ ਆਪਦੇ ਕੋਈ ਨਿੱਜੀ ਕਾਰਨਾਂ ਕਰਕੇ ਵਿਟਨੈਸ ਨਹੀਂ ਪਹੁੰਚ ਸਕੇ ਸੀਗੇ, ਪਰ ਅੱਜ ਮਾਨਯੋਗ ਅਦਾਲਤ ਜਿਹੜੀ ਹੈਗੀ ਹੈ ਗਵਾਹੀ ਸ਼ੁਰੂ ਹੋ ਚੁੱਕੀ ਹੈ। ਇੱਦਾਂ ਦੀ ਕੋਈ ਗੱਲ ਨਹੀਂ, ਪੂਰਾ ਕੇਸ ਜਿਹੜਾ ਹੈਗਾ ਉਹ ਤਰਤੀਬਬੱਧ ਆਪਦੇ ਪ੍ਰੋਸੈਸ ਦੇ ਮੁਤਾਬਕ ਚੱਲ ਰਿਹਾ ਔਰ ਅੱਜ ਗਵਾਹੀ ਸਟਾਰਟ ਹੋ ਚੁੱਕੀ ਹੈ। ਹੁਣ ਤੱਕ ਜਿਹੜਾ ਕਿੰਨੇ ਮੁਲਜ਼ਮਾਂ ਦੀ ਪੇਸ਼ੀ ਹੋ ਚੁੱਕੀ ਹੈਗੀ? ਹੁਣ ਤੱਕ ਲਾਰੈਂਸ ਬਿਸ਼ਨੋਈ ਦੇ ਸਮੇਤ 15 ਦੋਸ਼ੀਆਂ ਦੀ ਜਿਹੜੀ ਹੈਗੀ ਹੈ VC ਰਾਹੀਂ ਪੇਸ਼ੀ ਹੋ ਚੁੱਕੀ ਹੈ। ਹਾਲੇ VC ਕੰਟੀਨਿਊ ਹੈਗੀ, ਉਹ ਜਿਵੇਂ ਵੀ ਕੋਈ ਕੋਰਟ 'ਚੋਂ ਅਪਡੇਟ ਆਉਂਦੀ ਹੈ ਮੈਂ ਜ਼ਰੂਰ ਜਾਣਕਾਰੀ ਸਾਂਝੀ ਕਰੂੰਗਾ। ਜਿਹੜੇ ਮੁਲਜ਼ਮ ਅੱਜ ਪੇਸ਼ ਹੋਏ ਨੇ VC ਰਾਹੀਂ ਪੇਸ਼ ਹੋਏ ਜਾਂ ਕੋਈ ਫਿਜ਼ੀਕਲ ਵੀ ਅੱਜ ਪੇਸ਼ ਕੀਤਾ? ਨਹੀਂ, ਜਿਹੜੇ ਵੀ ਦੋਸ਼ੀ ਜਿਹੜੇ ਪੇਸ਼ ਹੋਏ ਆ ਉਹ ਫਿਜ਼ੀਕਲ ਨਹੀਂ ਪੇਸ਼ ਹੋਏ ਹੈਗੇ, ਸਿਰਫ VC ਰਾਹੀਂ ਹੀ ਪੇਸ਼ ਹੋਏ ਨੇ। ਅਗਲੀ ਤਰੀਕ ਕਦੋਂ ਨਿਰਧਾਰਿਤ ਕੀਤੀ ਗਈ ਹੈ ਹੁਣ ਮਾਨਯੋਗ ਅਦਾਲਤ? ਜਿਹੜੀ ਮਾਨਯੋਗ ਅਦਾਲਤ ਨੇ 30/8/2024 ਨਿਸ਼ਚਿਤ ਕੀਤੀ ਗਈ ਗਵਾਹੀ ਲਈ। ਉਸ ਦਿਨ ਜਿਹੜਾ ਗਵਾਹ ਆਉਣਗੇ ਜਾਂ ਮੁਲਜ਼ਮ ਵੀ ਬੁਲਾਏ ਜਾ ਸਕਦੇ ਨੇ? ਨਹੀਂ, ਇੱਦਾਂ ਦਾ ਕੋਈ ਨਹੀਂ, ਗਵਾਹਾਂ ਨੇ ਤਾਂ ਆਉਣਾ ਹੀ ਆਉਣਾ, ਉਹ ਤਾਂ ਮਾਨਯੋਗ ਅਦਾਲਤ ਨੇ ਸੰਮਨ ਕੀਤੇ ਹੈਗੇ ਆ। ਪਰਟੀਕੁਲਰ ਹੁਣ ਕੋਈ ਦੋਸ਼ੀਆਂ ਨੇ ਆਉਣਾ ਜਾਂ ਨਹੀਂ ਆਉਣਾ ਇਹਦੇ ਬਾਰੇ ਮੈਂ ਨਹੀਂ ਦੱਸ ਸਕਦਾ ਹੈਗਾ, ਕਿਉਂਕਿ ਮਾਨਯੋਗ ਅਦਾਲਤ ਨੇ ਹਲੇ ਕੀ ਆਰਡਰ ਪਾਇਆ ਹੈਗਾ ਉਹ ਹਲੇ ਡਿਕਟੇਟ ਹੋਣਾ ਬਾਕੀ ਹੈ। ਅਤੇ ਜੇ ਕਿਸੇ ਨੂੰ ਫਿਜ਼ੀਕਲੀ ਬੁਲਾਇਆ ਤਾਂ ਉਹ ਆਰਡਰ 'ਚ ਆ ਜਾਏਗਾ, ਪਤਾ ਲੱਗ ਜਾਏਗਾ ਬਾਅਦ 'ਚ। ਫਿਲਹਾਲ ਤਾਂ VC 'ਤੇ ਹੀ ਜਿਹੜੀ ਹੈਗੀ ਦੋਸ਼ੀਆਂ ਦੀ ਪੇਸ਼ੀ ਹੋ ਰਹੀ ਹੈ। ਕੋਈ ਸਿੱਧੂ ਕੇਸ ਦੇ ਨਾਲ ਜਿਹੜੀ ਸੰਬੰਧ ਦੇ ਵਿੱਚ ਕੋਈ ਪ੍ਰੋਪਰਟੀ ਅੱਜ ਪੇਸ਼ ਕੀਤੀ ਗਈ ਹੈ ਕੋਈ ਜਾਂ ਕੋਈ ਉਸਨੂੰ ਲੈ ਕੇ ਕੋਈ ਕਮੀ ਰਹੀ ਹੈ? ਨਹੀਂ, ਕਮੀ ਨਹੀਂ ਰਹੀ ਬਿਲਕੁਲ। ਅੱਜ ਜਿਹੜਾ ਗਵਾਹ ਸੀਗਾ ਗਵਾਹੀ ਹੋਈ ਹੈ ਡਿਊਰਿੰਗ ਦੈਟ ਟਾਈਮ ਜਿਹੜੀ ਹੈਗੀ ਉਹਦੇ ਨਾਲ ਕੇਸ ਪ੍ਰੋਪਰਟੀ ਹੈਗੀ ਹੈ, ਗੱਡੀਆਂ ਵਗੈਰਾ ਪੇਸ਼ ਕੀਤੀਆਂ ਗਈਆਂ ਨੇ ਔਰ ਇੱਕ ਜਿਹੜੀ ਹੈਗੀ ਹੈ ਉਹਦੇ ਨਾਲ ਕੁਛ ਜਿਹੜੀ ਹੈ ਪ੍ਰੋਪਰਟੀਜ਼ ਹੈ ਜਿਵੇਂ AK-47 ਹੈ, ਕਿਉਂਕਿ ਉਹ ਅੰਮ੍ਰਿਤਸਰ ਪੁਲਿਸ ਨੇ ਰਿਕਵਰ ਕਰਵਾਈ ਸੀਗੀ ਜਦੋਂ ਇਨਕਾਊਂਟਰ ਹੋਇਆ ਇਸ 'ਚ ਕੁਛ ਦੋਸ਼ੀਆਂ ਦਾ, ਤਾਂ ਉਹ ਉਹਨਾਂ ਦੇ ਕੋਲ ਹੈਗੀ ਹੈ, ਤਾਂ ਉਹਦੇ ਲਈ ਹੋ ਸਕਦਾ ਕਿ ਮਾਨਯੋਗ ਅਦਾਲਤ ਜਿਹੜੀ ਹੈਗੀ ਉਹਦੀ ਆਈਡੈਂਟੀਫਿਕੇਸ਼ਨ ਲਈ ਜਾਂ ਉਹਦੇ ਲਈ ਕੁਛ ਕੇਸ ਪ੍ਰੋਪਰਟੀ ਜਿਹੜੀ ਨਹੀਂ ਅੱਜ ਪੇਸ਼ ਕੀਤੀ ਜਾ ਚੁੱਕੀ ਉਹ ਨੈਕਸਟ ਡੇਟ 'ਤੇ ਮੰਗਾਈ ਜਾ ਸਕਦੀ ਹੈ। ਦੂਜਾ, ਸਿੱਧੂ ਦੇ ਫਾਦਰ ਨੂੰ ਵੀ ਕੋਈ ਸਮਨਿੰਗ ਕੀਤਾ ਗਿਆ ਸੀਗਾ ਵੀ ਅੱਜ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਲਈ ਪਹੁੰਚੇ ਹੋ? ਬਿਲਕੁਲ, ਉਹ ਮਾਨਯੋਗ ਅਦਾਲਤ ਨੇ ਜਿਵੇਂ ਪਿੱਛੇ ਜਿਹੜਾ ਹੈਗਾ ਵਿਟਨੈਸ ਨੂੰ ਸੰਮਨ ਕੀਤੇ ਸੀਗੇ, ਅਤੇ ਪਰ ਜਿਹੜੇ ਬਲਕੌਰ ਸਿੰਘ ਸਿੱਧੂ ਹੈ ਉਹ ਅੱਜ ਹੋ ਸਕਦਾ ਕਿਸੇ ਕਾਰਨ ਕਰਕੇ ਕਿਤੇ ਬਾਹਰ ਗਏ ਹੋਣ, ਉਹ ਅੱਜ ਜਿਹੜਾ ਹੈਗਾ ਮਾਨਯੋਗ ਕੋਰਟ 'ਚ ਪੇਸ਼ ਨਹੀਂ ਹੋ ਸਕੇ ਹੈਗੇ, ਅਤੇ ਇਸ ਕਰਕੇ ਉਹਨਾਂ ਨੂੰ ਦੁਬਾਰਾ ਸੰਮਨ ਚਲੇ ਜਾਣਗੇ, ਕੋਰਟ ਦੁਆਰਾ ਸੰਮਨ ਕਰ ਦੇਗੀ। ਜਿਹੜੇ ਗਵਾਹ ਬੁਲਾਏ ਜਾ ਰਹੇ ਆ ਇਹ ਸਟੈਪ ਬਾਏ ਸਟੈਪ ਕਰਕੇ ਬੁਲਾਏ ਜਾਣਗੇ ਜਾਂ ਅਗਲੀ ਪੇਸ਼ੀ ਦੇ ਉੱਪਰ ਇਕੱਠੇ ਜਿਹੜੇ ਬੁਲਾਏ ਗਏ ਨੇ? ਨਹੀਂ, ਉਹ ਸਿਰਫ ਜਿਹੜਾ ਪ੍ਰੋਰੋਗੇਟਿਵ ਆ ਸਿਰਫ ਕੋਰਟ ਦਾ ਹੈਗਾ ਕਿ ਉਹ ਕਿਵੇਂ ਉਹਨੂੰ ਡਿਫਰੈਂਸ਼ੀਏਟ ਕਰਕੇ ਜਿਹੜਾ ਹੈਗਾ ਕਿਵੇਂ ਉਹਨਾਂ ਨੂੰ ਪਾਰਟ 'ਚ ਕਰਾਏਗੀ। ਫਿਲਹਾਲ ਜਿਹੜੇ ਹੈਗੇ ਆ ਉਹ 3 ਗਵਾਹਾਂ ਨੂੰ ਹੀ ਸੰਮਨ ਜਾ ਰਹੇ ਨੇ, ਜਿਹੜੇ 2 ਵਿਟਨੈਸ ਜਿਹੜੇ ਮੌਕੇ 'ਤੇ ਸਿੱਧੂ ਦੇ ਨਾਲ ਸੀ ਅਤੇ ਇੱਕ ਉਹਨਾਂ ਦੇ ਬਲਕੌਰ ਸਿੰਘ ਜੀ, ਉਹਨਾਂ ਨੂੰ। ਮੁਲਜ਼ਮ ਪੱਖ ਤੋਂ ਵੀ ਕੋਈ ਵਕੀਲ ਆ ਜਿਹੜੇ ਪੇਸ਼ ਹੋਏ ਸੀਗੇ ਅੱਜ? ਬਿਲਕੁਲ, ਉਹਨਾਂ ਦੇ ਵਕੀਲ ਸਾਹਿਬ ਹਰ ਡੇਟ 'ਤੇ ਆ ਹੀ ਰਹੇ ਨੇ, ਉਹਨਾਂ ਵੱਲੋਂ ਵੀ ਵਕੀਲ ਪੇਸ਼ ਹੋਏ ਸੀਗੇ। ਬਿਲਕੁਲ, ਕੋਈ ਬਹਿਸ ਵਗੈਰਾ ਤਾਂ ਨਹੀਂ ਹੋਈ ਅੱਜ ਕੇਸ ਨੂੰ? ਨਹੀਂ, ਬਹਿਸ ਹੋਣੀ ਨਹੀਂ ਜੀ, ਕਿਉਂਕਿ ਕੇਸ ਤਾਂ ਗਵਾਹੀ 'ਤੇ ਲੱਗਿਆ, ਉਹ ਗਵਾਹੀ ਹੋ ਰਹੀ ਹੈ।
ਬਹਿਸ ਵਾਲੀ ਕੋਈ ਗੱਲ ਹੀ ਨਹੀਂ। ਅਤੇ ਦੂਜਾ ਹੁਣ ਅਗਲੀ ਪੇਸ਼ੀ 'ਤੇ ਜਿਹੜਾ ਸਿੱਧੂ ਦੇ ਫਾਦਰ ਜਾਂ ਹੋਰ ਉਹਨਾਂ ਨੂੰ ਸੰਮਨਿੰਗ ਕੀਤੀ ਗਈ ਹੈ ਜਾਂ ਕੀ ਹੈਗਾ? ਬਿਲਕੁਲ ਗਵਾਹ ਨੂੰ ਸੰਮਨ ਜਾ ਹੀ ਰਹੇ ਹੈ, ਉਹ ਕਿਸੇ ਕਾਰਨ ਕਰਕੇ ਨਹੀਂ ਪਹੁੰਚ ਸਕੇ ਤਾਂ ਉਹਨਾਂ ਨੂੰ ਦੁਬਾਰੇ ਸੰਮਨ ਇਸ਼ੂ ਕੀਤੇ ਜਾਣਗੇ ਮਾਨਯੋਗ ਅਦਾਲਤ ਵੱਲੋਂ। ਅਤੇ ਜਿਹੜੇ ਅੱਜ ਗਵਾਹ ਹੋਇਆ ਹੈਗਾ ਉਹਦੀ ਕੁਛ ਐਵੀਡੈਂਸ ਜਿਹੜੀ ਹੈਗੀ ਉਹ ਮਾਨਯੋਗ ਅਦਾਲਤ ਨੇ ਜਿਹੜੀ ਡੈਫਰ ਕੀਤੀ ਗਈ ਹੈ, ਹਾਲੇ ਉਹਦੀ ਗਵਾਹੀ ਹੋਣੀ ਹੈ, ਉਹ ਨੈਕਸਟ ਡੇਟ 'ਤੇ ਕੰਪਲੀਟ ਹੋਏਗੀ। ਬਿਲਕੁਲ ਬਿਲਕੁਲ ਇਹ ਸਨ ਸਿੱਧੂ ਮੂਸੇਵਾਲਾ ਦੇ ਵਕੀਲ ਸਤਿੰਦਰਪਾਲ ਸਿੰਘ ਮਿੱਤਲ, ਜਿਨ੍ਹਾਂ ਨੇ ਦੱਸਿਆ ਕਿ ਮੂਸੇਵਾਲਾ ਕੇਸ ਦੀ ਜਿਹੜੀ ਅਗਲੀ ਤਰੀਕ 30 ਅਗਸਤ ਜਿਹੜੀ ਤੈਅ ਕੀਤੀ ਗਈ ਆ, ਤਾਂ ਗਵਾਹਾਂ ਨੂੰ ਜਿਹੜਾ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ। ਕਹਿੰਦੇ ਤਾਂ ਉੱਥੇ ਇਹਨਾਂ ਦੱਸਿਆ ਕਿ ਸਿੱਧੂ ਕੇਸ ਦੇ ਨਾਲ ਸੰਬੰਧਿਤ ਕੁਝ ਜਿਹੜੀ ਸਾਲਟਾਂ ਵਗੈਰਾ ਜਿਹੜੀ ਅੱਜ ਪੇਸ਼ ਨਹੀਂ ਕੀਤੀ ਗਈ, ਅਤੇ ਉਹਨਾਂ ਦੇ ਲਈ ਵੀ ਜਿਹੜਾ ਮਾਨਯੋਗ ਅਦਾਲਤ ਵੱਲੋਂ ਕਿਹਾ ਗਿਆ ਹੈਗਾ। ਹੁਣ ਆਉਣ ਵਾਲੇ ਦਿਨਾਂ ਵਿੱਚ ਪਤਾ ਚੱਲੇਗਾ ਕਿ ਮੂਸੇਵਾਲਾ ਕੇਸ ਦੇ ਵਿੱਚ ਅਗਲੀ ਕੀ ਜਿਹੜੀ ਸੁਣਵਾਈ ਹੋਏਗੀ ਜਾਂ ਕੀ ਤੱਥ ਜਿਹੜੇ ਸਾਹਮਣੇ ਆਉਣਗੇ। ਅਮਰਜੀਤ ਸਿੰਘ, ਪੰਜਾਬ ਤੱਕ, ਮਾਨਸਾ।